ਮਾਰਾ ਜੀ ਵੱਡਾ ਫਤਵਾ ਸੰਗਤਾਂ ਵੱਲੋਂ ਦਿੱਤਾ ਗਿਆ ਹੈ ਭਾਈ ਸਾਹਿਬ ਜੀ, ਅੱਜ ਕੀ ਕਹਿਣਾ ਚਾਹੁੰਦੇ? ਇਹ ਸਾਰੀ ਸੰਗਤ ਦਾ, ਸਾਰੇ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰੇ ਫੌਜੀਆਂ ਦਾ ਵੀ, ਜਿੰਨੇ ਵੀ ਭੈਣ ਭਰਾਵਾਂ ਨੇ ਅਨੁਸਾਰ ਦਿੱਤਾ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ, ਅਸੀਂ ਸੰਗਤਾਂ ਦੇ ਇੱਕ ਪਲ ਵੀ ਨਹੀਂ ਹੈ ਕਿ ਇੰਨਾ ਸੰਗਤਾਂ ਨੇ ਸਾਨੂੰ ਸਹਿਯੋਗ ਦਿੱਤਾ। ਇੱਕ ਸਮਾਂ ਸੀ ਭਾਈ ਸਾਹਿਬ ਦੀ ਕੰਪੇਨ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਕੀਤੀਆਂ ਗਈਆਂ, ਇਹ ਵੀ ਇਲਜ਼ਾਮ ਲਗਾਏ ਗਏ ਕਿ ਜੇਕਰ ਅੰਮ੍ਰਿਤਪਾਲ ਆਉਂਦਾ ਹੈ ਲੋਕ ਸਭਾ ਦੇ ਵਿੱਚ ਤਾਂ ਪੰਜਾਬ ਦਾ ਮਾਹੌਲ ਵਿਗੜ ਦੇ ਅਸਾਰ ਬਣਦੇ, ਉਹਦੇ ਬਾਰੇ ਕੁਝ ਕਹੋਗੇ? ਦੇਖੋ ਜਿਹੜੀਆਂ ਵਿਰੋਧੀ ਧਿਰਾਂ, ਉਹਨਾਂ ਦੇ ਬਹੁਤ ਹੱਥ ਗੰਢੇ ਵਰਤੇ ਆ, ਉਹਨਾਂ ਦੀ ਲਾਸ਼ ਤੱਕ ਵੋਟਾਂ ਹੋਣ ਤੱਕ ਵੀ ਇਹੋ ਜਿਹੇ ਕਈ ਉਪਰਾਲੇ ਕੀਤੇ ਆ, ਪਰ ਜਿਹੜੀ ਸੰਗਤ ਆ ਉਹ ਸੁਚੇਤ ਆ, ਸੰਗਤ ਨੇ ਬਹੁਤ ਸਾਡਾ ਸਾਥ ਦਿੱਤਾ, ਸੰਗਤ ਨੇ ਵਿਰੋਧੀਆਂ ਨੂੰ ਜਵਾਬ ਵੀ ਦਿੱਤੇ। ਭਾਈ ਸਾਹਿਬ ਨੇ ਮੁੱਖ ਮੁੱਦਾ ਚੁੱਕਿਆ ਸੀਗਾ ਨਸ਼ਿਆਂ ਨੂੰ ਖਤਮ ਕਰਨਾ ਹੈ ਔਰ ਪੰਜਾਬ ਦੇ ਨੌਜਵਾਨਾਂ ਨੂੰ ਗੁਰੂ ਸਾਹਿਬ ਦੇ ਨਾਲ ਜੋੜਨਾ ਹੈ। ਕੀ ਲੱਗਦਾ ਹੈ ਹੁਣ ਭਾਈ ਸਾਹਿਬ ਦੇ ਬਾਹਰ ਆਉਣ ਤੋਂ ਬਾਅਦ ਉਹ ਦੁਬਾਰਾ ਵੀ ਰਾਜਨੀਤੀ ਸ਼ੁਰੂ ਕੀਤੀਆਂ ਜਾਣਗੀਆਂ? ਹਾਂਜੀ ਹਾਂਜੀ, ਇਹ ਭਾਈ ਸਾਹਿਬ ਦਾ ਮੇਨ ਮੁੱਦਾ ਸੀ ਵੀ ਪੰਜਾਬ ਦੀ ਨੌਜਵਾਨ ਨੂੰ ਬਚਾਉਣੀ ਆ, ਤੇ ਅਸੀਂ ਹੁਣ ਵਾਹਿਗੁਰੂ ਅੱਗੇ ਇਹੋ ਹੀ ਅਰਦਾਸ ਕਰਦੇ ਹਾਂ ਵੀ ਜਲਦੀ ਬਾਹਰ ਆਉਣ ਤੇ ਆਣ ਕੇ ਆਪਣਾ ਕਾਰੋਬਾਰ ਸੰਭਾਲਣ, ਪੰਜਾਬ ਦੀ ਨੌਜਵਾਨੀ ਬਚਾਉਣ, ਪੰਜਾਬ ਨੂੰ ਬਚਾਉਣ। ਰਾਜਨੀਤੀ ਦੇ ਨਾਲ ਨਾਲ ਧਰਮ ਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕੀਤਾ ਗਿਆ? ਦੇਖੋ ਇਹ ਦੋਵੇਂ ਚੀਜ਼ਾਂ ਹੀ ਜ਼ਰੂਰੀ ਆ, ਧਰਮ ਦੇ ਨਾਲ ਨਾਲ ਰਾਜਨੀਤੀ ਵੀ ਜ਼ਰੂਰੀ ਆ। ਚਲੋ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਆਪਣਾ ਜੋ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ, ਨਸ਼ਿਆਂ ਦਾ ਮੁੱਦਾ, ਉਹ ਤੇ ਹੀ ਕੰਮ ਕਰਨਗੇ ਜ਼ਿਆਦਾ। ਸਾਰੇ NRI ਜਿੰਨੇ ਵੀ ਦੇਸ਼ ਵਿਦੇਸ਼ ਤੋਂ, ਸਾਰੇ NRI ਫੌਜੀ ਵੀਰ ਜਿੰਨੇ ਵੀ, ਸਾਰਿਆਂ ਨੇ ਬਹੁਤ ਸਾਥ ਦਿੱਤਾ, ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸੰਗਤਾਂ ਨੇ ਇੰਨਾ ਸਹਿਯੋਗ, ਬਾਹਰ ਵੀ ਸਾਡੇ ਭੈਣ ਭਰਾਵਾਂ ਨੇ ਹਰ ਪੱਖੋਂ ਸਾਡੀ ਮਦਦ ਕੀਤੀ ਆ, ਬਹੁਤ ਬਹੁਤ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਹੋਊਗੀ ਖਤਮ ਜਦੋਂ ਇੰਨੀ ਕੌਮ ਅਜੇ ਮਗਰ NSA ਕਿਉਂ ਨਾ ਖਤਮ ਹੋਊਗੀ? ਝੂਠੀ NSA ਕੋਈ ਪ੍ਰੂਫ ਨਹੀਂ ਹੈਗਾ, ਕਿਉਂ ਨਾ ਖਤਮ ਹੋਊਗੀ ਜਦੋਂ ਇੰਨੀ ਉਹਦੇ ਮਗਰ ਇੰਨੀ ਉਹਦੀ ਕੌਮ ਖੜੀ ਹੈ, ਤਾਂ NSA ਖਤਮ ਹੋਊਗੀ? ਨਾ ਵਾਲੀ ਤਾਂ ਕੋਈ ਗੱਲ ਨਹੀਂ। ਭਾਈ ਸਾਹਿਬ ਪਹਿਲਾਂ ਸੰਗਤਾਂ ਦੇ ਨਾਲ ਵਿਚਰਦੇ ਸੀ, ਮਾਤਾ ਜੀ ਜਿਵੇਂ ਪਹਿਲਾਂ ਭਾਈ ਸਾਹਿਬ ਸੰਗਤਾਂ ਨਾਲ ਵਿਚਰਦੇ, ਉਵੇਂ ਵਿਚਰਿਆ ਕਰਨਗੇ ਜਿਵੇਂ ਸਿਆਸੀ ਲੀਡਰਾਂ ਵਾਂਗੂ ਬਾਅਦ ਚ ਉਹ ਵੀ ਚੁੱਲੀ ਮਾਰ ਜਾਣਗੇ, ਲੱਭਣਗੇ ਨਹੀਂ ਸੰਗਤਾਂ ਨੂੰ? ਦੇਖੋ ਜਦੋਂ ਪਹਿਲਾਂ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਦੀ ਨੌਜਵਾਨ ਨੇ ਬਚਾਉਣ ਆਏ, ਉਹਦੇ ਕੋਈ ਸਿਆਸੀ ਦਾ ਕੋਈ ਲੈ ਕੇ ਕੁਰਸੀ ਦਾ ਕੋਈ ਲਾਲਚ ਨਹੀਂ ਉਹਨਾਂ ਨੂੰ, ਉਹ ਵਾਹਿਗੁਰੂ ਬਖਸ਼ਿਸ਼ ਕਰਨਗੇ, ਹੁਣ ਉਸੇ ਤਰ੍ਹਾਂ ਹੀ ਸੰਗਤਾਂ ਚ ਵਿਚਰ ਪਿੰਡਾਂ ਦੇ ਵਿੱਚ ਬਾਹਲਾ ਲੋਕਾਂ ਦੇ ਜ਼ੋਰ ਪ੍ਰੈਸ਼ਰ ਪਾਇਆ ਜਾ ਰਿਹਾ ਤੇ ਭਾਈ ਸਾਹਿਬ ਬਾਹਰ ਆਉਂਦੇ ਆ ਤੇ ਆਤੰਕਵਾਦ ਸ਼ੁਰੂ ਹੋ ਜਾਣਾ ਭਾਈ ਸਾਹਿਬ ਬਾਹਰ ਆਉਂਦੀ ਦੇਰ। ਜਿਹੜੀਆਂ ਖਿਲਾਫ਼ ਸਰਕਾਰਾਂ ਹੁਣ ਕਈ ਕੁਛ ਬੋਲਦੀਆਂ, ਸੰਗਤ ਤੇ ਨਹੀਂ ਨਾ ਵੀ ਬੋਲਣ ਦੀ, ਸੰਗਤ ਕਿੰਨਾ ਪਿਆਰ ਕਰਦੀ ਹੈ, ਕਿੰਨੀਆਂ ਵੋਟਾਂ ਕਿੱਡੀ ਵੱਡੀ ਜੀਤ ਨਾਲ ਜਿੱਤੇ ਆ, ਸੰਗਤ ਪਿਆਰ ਕਰਦੀ, ਸੰਗਤ ਨਾਲ ਮਾਹੌਲ ਖਰਾਬ ਹੁੰਦਾ ਦਾ ਸਰਕਾਰਾਂ ਨੂੰ ਪਤਾ ਡਰ। ਪੰਚਕ ਹੋਣ ਵਾਲੀ ਜਥੇਬੰਦੀ ਜਿਹੜੀ 10 ਸੀਟਾਂ ਦੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਇੱਕਦਮ ਜ਼ੀਰੋ ਹੋ ਗਈ ਹੈ ਜੀ। ਉਹ ਕਹਿੰਦੇ ਭਾਈ ਸਾਹਿਬ ਪਹਿਲਾਂ ਮੋਹਨ ਨੇ ਇਹ ਬਿਆ ਵੀ ਅੰਮ੍ਰਿਤ ਛਕ ਲਿਆ, ਲੋਕਾਂ ਨੇ ਡਗਰ ਬੜੇ ਤੰਜ ਕੱਛੇ, ਤੁਹਾਡਾ ਮੈਨੀਫੈਸਟੋ ਜਿਹੜਾ ਉਹ ਵੀ ਚੇਂਜ ਕਰਤਾ ਉਹਨਾਂ ਨੇ, ਫਿਰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਦੇਖੋ ਤੇ ਜਦੋਂ ਵੀ ਕਿਸੇ ਇਨਸਾਨ ਤੇ ਵਾਹਿਗੁਰੂ ਦੇ ਕਲਾ ਵਰਤਦੀ ਹੈ ਨਾ, ਉਹ ਇੱਕ ਪਲ ਚ ਦੂਜਾ ਪਾਸਾ ਪਲਟ ਦਿੰਦੀ। ਇਹ ਕੋਈ ਜ਼ਰੂਰੀ ਨਹੀਂ ਕਿ ਪਹਿਲਾਂ ਮੋਨਾ ਸੀ ਫਿਰ ਸਿੱਖ ਬਣ ਗਿਆ, ਜਦੋਂ ਵਾਹਿਗੁਰੂ ਦੇ ਕਲਾ ਵਰਤੀ ਉਦੋਂ ਹੀ ਉਹਨੇ ਉਦੋਂ ਦੂਸਰੇ ਪਾਸੇ ਜਾਣਾ। ਇਹ ਜਿਹੜੀਆਂ ਵਿਰੋਧੀ ਪਾਰਟੀਆਂ ਤੇ ਕਈ ਕੁਛ ਕਰਨਾ ਇਹਨਾਂ ਨੇ। ਹਾਂਜੀ ਜੀ, ਭਾਈ ਸਾਹਿਬ ਦੇ ਨਾਲ ਕੋਈ ਮੁਲਾਕਾਤ ਹੋਈ ਹੈ? ਨਹੀਂ ਨਹੀਂ, ਉਹਨਾਂ ਦਾ ਫੋਨ ਬਣ ਗਿਆ, ਹੁਣ ਅਸੀਂ ਜਾਵਾਂਗੇ ਇੱਕ ਦੋ ਦਿਨਾਂ ਤੱਕ ਮੁਲਾਕਾਤ ਕਰਨ, ਅਜੇ ਤੱਕ ਸਾਡੀ ਉਹਨਾਂ ਨਾਲ ਗੱਲ ਨਹੀਂ ਹੋਈ ਕੋਈ। ਬਾਹਰ ਆਉਣ ਦਾ ਕਿੰਨਾ ਸਮਾਂ ਲੱਗ ਸਕਦਾ? ਦੇਖੋ ਲਿਆਉਣ ਲਈ ਹੁਣ ਜਲਦੀ, ਜਿੰਨੀ ਵੀ ਜਲਦੀ ਹੋ ਸਕੋ ਛੱਡਣਗੇ ਸਰਕਾਰ। ਕੋਈ ਜ਼ਿਲ੍ਹਾ ਲੈਵਲ ਦੇ ਉੱਤੇ ਕਿਸੇ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ? ਅਜੇ ਕੋਈ ਵੀ ਇਹੋ ਜਿਹਾ ਕੋਈ ਕੁਛ ਵੀ ਉਪਰਾਲਾ ਨਹੀਂ ਕੀਤਾ ਗਿਆ, ਕਿਉਂਕਿ ਅਜੇ ਤਾਂ ਕੱਲ੍ਹ ਪਰਸੋਂ ਜਿੱਤ ਹੋਈ ਹੈ, ਤਾਂ ਪਰਸੋਂ ਦਾ ਹੀ ਖੰਡਵਾੜ ਸਾਹਿਬ ਆਰੰਭ ਕਰਾਇਆ,
ਅੱਜ ਅਸੀਂ ਭੋਗ ਚ ਬੀਜੀ ਆ, ਬਾਅਦ ਚ ਹੀ ਦੇਖਾਂਗੇ ਉਹਦੇ ਸਵਾਲ ਜਿਹੜੇ ਇੱਦਾਂ ਨਿਕੰਮੇ ਜਿਹੇ ਨਹੀਂ ਕਰਨੇ ਚਾਹੀਦੇ।